हेलो। हाँ जी, सत श्री अकाल जी, की हाल चाल ने। अज तुहाडे लई एक नवी वीडियो लै के आए जिहदे विच तुहानूं काफ़ी इनफॉर्मेशन देवांगे भी काम आपां किद्दां तुसीं ऑर्डर करने आ। ज़्यादातर की हुंदा ना, मैसेज जां फोन काफ़ी आउंदे आ भी तुसीं डिज़ाइन सेंड कर दो, मटीरियल कहिड़ा लगवाउणे आ, सारा कुछ। अज तुहानूं इस वीडियो दे विच इनफॉर्मेशन देना कि वीडियो शुरू करन तों पहलों मैं कहना चाहुंदा वीडियो नूं वध तों वध शेयर कर दो जां सारिआं तक पहुँच सके ना, ते वीडियो लाइक ते शेयर जरूर करिया करो तां सानूं पता लगदा रहिंदा वी तुहाडा किन्ना इंट्रस्ट। फिर तुहाडी वीडियो उहदे अकॉर्डिंग असीं फिर तुहाडे लई इक नवीं वीडियो रिकॉर्ड करदे रहांगे। अज दी वीडियो दे असीं तुहाडे लई स्पैशल लै के आए जी, एक तां इह सैटिंगां वा है ना, जिहड़ियां इह सैटिंगां वा इह बणाईआं नवीआं। आपां जिहड़ा सोफिया दा कम्म नवां शुरू कीता वा ना, ते तुसीं घर दे विच किसे वी तरहां दा जिहड़ा सोफा वगैरह बनाउणा चाहुंदे आ, तां तुसीं सानूं नंबर स्क्रीन दे उपर चल रहा इहदे ते तुसीं इक वट्सअप मैसेज कर सकदे आ जां तुसीं कॉल भी करके पुछ सकते। जिस तरह का भी डिजाइन चाहिए तुहानूं इंटरनेट तो तुसीं डिजाइन डाउनलोड करो, उस तरह का असीं बन जाऊंगा। मतलब आपां हट के कोई यूनीक चीज़ अजकल कर रहे हैं ते देखने में भी काफ़ी वधिया हैवी है, ते जो आप इहदे ते बैठते हैं भी तो वधिया काफ़ी कंफर्टेबल रहिंदा ना, बैठने में भी वधिया। जो आप चेयर मान लो ये चीज़ा नाल दो चेयरस है नाल ही सैटिया है, वैसे वो रिलैक्सिंग चेयर है बट वो नाल तो वैसे मैं रख ली बट नाल नहीं होंगी, पर टेबल के नाल तुसीं इहनूं इहनूं नाल ਇਹਨੂੰ ਟੇਬਲ ਦੇ ਨਾਲ ਆਪਾਂ ਰੱਖ ਸਕਦੇ ਜਾਂ ਇਹਨੂੰ ਮਤਲਬ ਆਪਣੇ ਬੈੱਡ ਹੁੰਦੇ ਜਿਹੜੇ ਬੈੱਡ ਦੇ ਨਾਲ ਵੀ ਆਪਾਂ ਇਹਨੂੰ ਲਗਾ ਸਕਦੇ ਹਾਂ, ਬੈੱਡ ਦੇ ਨਾਲ ਜਾਂ ਕਾਫੀ ਟੇਬਲ ਕਹਿ ਸਕਦੇ ਹਾਂ ਆਪਾਂ, ਤੇ ਇਹਨੂੰ ਕਾਫੀ ਵਧੀਆ ਬੈਠਣ 'ਚ ਵੀ ਕੰਫਰਟੇਬਲ ਆ ਕਾਫੀ ਬੈਠਣ 'ਚ। ਤੇ ਇਹ ਦੋ ਚੇਅਰਸ ਆ, ਇਹ ਜਿਹੜੀਆਂ ਚੇਅਰਸ ਵੀ ਇਹ ਤੁਸੀਂ ਬੈੱਡ ਦੇ ਨਾਲ ਲਗਾ ਸਕਦੇ ਹਾਂ ਜਾਂ ਕਾਫੀ ਟੇਬਲ ਦੇ ਨਾਲ ਜਾਂ ਜਿੱਦਾਂ ਇੱਦਾਂ ਦਾ ਸੈਟਅਪ ਹੈਗਾ ਤੁਸੀਂ ਰੱਖ ਸਕਦੇ ਹਾਂ, ਬੈਠਣ 'ਚ ਕਾਫੀ ਵਧੀਆ ਵਾ ਤੇ ਠੀਕ ਲੱਗਦੀ ਹੈ, ਬੈਠਣ ਨੂੰ ਵੀ ਠੀਕ ਹੈਗਾ ਹੈ ਨਾ। ਤੇ ਬਾਕੀ ਰਹੀ ਗੱਲ ਇਹ ਰਿਲੈਕਸਿੰਗ ਚੇਅਰ ਦੀ, ਇਹਦੇ 'ਤੇ ਵੀ ਮੈਂ ਤੁਹਾਨੂੰ ਦਿਖਾ ਦਿੰਦਾ। ਮਤਲਬ ਇਹ ਆ ਜੀ ਜਿਹੜੇ ਹੈਗੇ ਮਤਲਬ ਟੀਵੀ ਦੇਖਣ ਦੇ ਸ਼ੌਕੀਨ ਖਾਸ ਕਰਕੇ ਨਾ ਜਾਂ ਗੇਮ ਖੇਡਣ ਦੇ, ਇਹ ਉਹਨਾਂ ਲਈ ਬੈਸਟ ਆ। ਜਿੱਦਾਂ ਲਾਈਕ ਮੈਂ ਦਿਖਾ ਦਿੰਦਾ ਮਤਲਬ ਬੈਠ ਕੇ ਨਾ, ਮਤਲਬ ਫੋਨ ਵਗੈਰਾ ਜਿਹਨਾਂ ਦੇ ਮਤਲਬ ਹੁੰਦਾ ਕਾਫੀ ਟਾਈਮ ਲੰਬੇ ਸਮੇਂ ਤੱਕ ਬੈਠਣਾ ਵਾ, ਜਿਹਨੇ ਮਤਲਬ ਚਲਾਉਣਾ ਫੋਨ ਉਹ ਕਾਫੀ ਵਧੀਆ ਲੱਗੀ, ਉਹਨਾਂ ਲਈ ਵਧੀਆ ਵਾ ਨਾ, ਮਤਲਬ ਰਿਲੈਕਸਿੰਗ ਰਹਿੰਦੀ, ਇੱਕ ਤਾਂ ਲੱਕ ਨੂੰ ਠੀਕ ਰਹਿੰਦਾ ਤੇ ਕਾਫੀ ਵਧੀਆ ਵੀ ਬੰਦੇ ਨੂੰ ਥਕਾਵਟ ਵਗੈਰਾ ਨਹੀਂ ਹੁੰਦੀ। ਜੇ ਤੁਸੀਂ ਇੱਦਾਂ ਦਾ ਘਰ ਦੇ ਵਿੱਚ ਰੱਖ ਸਕਦੇ, ਕੋਈ ਜ਼ਿਆਦਾ ਪ੍ਰਾਈਜ਼ ਨਹੀਂ ਹੈਗਾ, ਜੇ ਪ੍ਰਾਈਜ਼ ਲੈਣਾ ਤੁਸੀਂ ਵਟਸਐਪ ਤੇ ਜਿਹੜੀ ਚੀਜ਼ ਦਾ ਪ੍ਰਾਈਜ਼ ਪੁੱਛਣਾ ਉਹਦਾ ਸਕਰੀਨਸ਼ਾਟ ਭੇਜ ਦਿਓ ਤੇ ਤੁਹਾਨੂੰ ਉਹਦੇ ਰੇਟ ਦਿੱਤੇ ਜਾਣਗੇ। ਬਾਕੀ ਜਿਹੜੀ ਮੇਨ ਗੱਲ ਆ, ਜਿਹੜਾ ਮੇਨ ਕੰਮ ਆਪਣਾ ਹੈਗਾ ਜੀ ਕਿਚਨ ਦਾ ਨਾ, ਜਿਹੜਾ ਮੇਨ ਕੰਮ ਹੈਗਾ ਉਹ ਆਪਣਾ ਕਿਚਨ ਦਾ, ਤੇ ਕਿਚਨ ਦੇ ਵਿੱਚ ਜ਼ਿਆਦਾਤਰ ਕੀ ਅੱਜ ਕੱਲ੍ਹ ਹੈ ਵੀ ਕਲਰ ਜਿਹੜਾ ਲਗਾਈਏ ਨਾ, ਉਹ ਕਲਰ ਮੈਂ ਤੁਹਾਨੂੰ ਕੁਝ ਦਿਖਾ ਦਿੰਦਾ। ਕਲਰ ਦਿਖਾਉਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਚਾਹੁੰਦਾ ਵਾ, ਆਪਣਾ YouTube ਤੇ ਉੱਪਰ ਚੈਨਲ ਜਿਹੜਾ ਹੈਗਾ ਨਾ ਜੌਲ ਕਿਚਨ ਨਾਮ ਦਾ ਚੈਨਲ ਹੈਗਾ ਵਾ, ਤੁਸੀਂ ਜੌਲ ਕਿਚਨ ਸਰਚ ਕਰਨਾ ਵਾ YouTube ਤੇ, ਤੇ ਇਹ ਤੁਹਾਨੂੰ ਸਾਰੀਆਂ ਆਪਣੀਆਂ ਫੈਕਟਰੀ ਦੀ ਵੀਡੀਓ ਜਾਂ ਸਾਰੀਆਂ ਵੀਡੀਓ ਇਹਦੇ 'ਚ ਮਿਲ ਜਾਣਗੀਆਂ। ਤੁਸੀਂ ਜਾ ਕੇ ਇੱਕ ਵਾਰੀ YouTube ਚੈਨਲ ਨੂੰ ਜ਼ਰੂਰ ਸਬਸਕ੍ਰਾਈਬਰ ਕਰੋ, ਅਤੇ ਜਿਵੇਂ ਇੱਦਾਂ ਦੀਆਂ ਵੀਡੀਓ ਚੱਲਦੀਆਂ ਮੈਂ ਤੁਹਾਨੂੰ ਦਿਖਾ ਦਿੰਦਾ, ਇਹ ਚੱਲਦੀਆਂ ਵੀਡੀਓ ਤੁਹਾਨੂੰ ਇੱਥੇ ਡਿਜ਼ਾਈਨ ਵਗੈਰਾ ਸਾਰੇ ਮਿਲ ਜਾਣਗੇ ਨਾ, ਜਿੱਦਾਂ ਦਾ ਵੀ ਮਤਲਬ ਆਪਾਂ ਕੰਮ ਕਰਦੇ ਹਾਂ। ਅਤੇ ਬਾਕੀ ਰਹੀ ਗੱਲ ਆਪਣੇ ਹੁਣ ਆ ਜੀ ਆਪਾਂ ਵੀ ਕਲਰ ਕਿਹੜੇ ਲਗਾਉਣੇ ਆਪਾਂ ਨਾ, ਜ਼ਿਆਦਾਤਰ ਜਿਹੜੇ ਅਸੀਂ ਯੂਜ਼ ਕਰਦੇ ਜੀ ਐਂਟੀ ਐਂਟੀ ਸਕਰੈਚ, ਇੱਕ ਐਂਟੀ ਸਕਰੈਚ ਐਕਰੈਲਿਕ ਆਉਂਦੀ, ਇਹ ਜ਼ਿਆਦਾਤਰ ਇਹੀ ਅਸੀਂ ਯੂਜ਼ ਹੁੰਦੇ ਸਾਡੇ। ਮਤਲਬ ਤੁਸੀਂ ਦੇਖਿਆ ਹੁਣ ਜਿਹੜੀਆਂ ਕਲਰਾਂ ਅਸੀਂ ਜ਼ਿਆਦਾ ਕਿਚਨ ਕਰ ਰਹੇ, ਜਿਹੜੇ ਉਹਦੇ 'ਚ ਕਲਰ ਜ਼ਿਆਦਾਤਰ ਇਹੀ ਹੁੰਦਾ ਵਾ, ਜ਼ਿਆਦਾਤਰ ਇਹ ਕਲਰ ਆ ਗਿਆ, ਇੱਕ ਇਹ ਆ ਗਿਆ, ਅਤੇ ਇੱਕ ਇਹਦੇ 'ਚ ਸਭ ਤੋਂ ਜ਼ਿਆਦਾ ਕਿਚਨਾਂ ਅਸੀਂ ਜ਼ਿਆਦਾ ਅੱਜ ਤੱਕ ਬਣਾਈਆਂ ਵਾ, ਨਾਲ ਵਾਈਟ ਦਾ ਕੰਬੀਨੇਸ਼ਨ ਹੋ ਜਾਂਦਾ, ਉਹ ਇੱਕ ਅਲੱਗ ਕਨਸੈਪਟ ਹੋ ਜਾਂਦਾ ਨਾ। ਫਿਰ ਇਹ ਤੋਂ ਇਲਾਵਾ ਵੀ ਕੁਛ ਆਪਣੇ ਕੋਲ ਹੈ, ਜਿੱਦਾਂ ਆਪਾਂ ਐਕਰੈਲਿਕ ਗਲਾਸ ਦੀ ਗੱਲ ਕਰਦੇ, ਫਿਰ ਉਹਦੇ 'ਚ ਇਹ ਕਲਰ ਆ ਜਾਂਦੇ ਹੈ ਨਾ, ਇਹ ਵੀ ਵਧੀਆ ਚੀਜ਼ ਆ, ਇਹ ਵੀ ਵਧੀਆ ਵਾ, ਮਤਲਬ ਦੇਖਣ ਨੂੰ ਕਾਫੀ ਵਧੀਆ ਲੱਗਦੇ ਆ। ਬਾਕੀ ਜਿਹੜੀ ਜਿਹੜੀ ਗੱਲ ਰਹੀ ਆਪਣੀ ਕਿ ਮਤਲਬ ਕਿਚਨ ਦੇ ਵਿੱਚ ਕਿੱਦਾਂ ਦਾ ਮਟੀਰੀਅਲ, ਕਿਚਨ ਦੇ ਵਿੱਚ ਜਿੰਨੀ ਵੀ ਆਪਾਂ ਸਾਰੇ ਨਾ ਐਚ ਡੀ ਐਚ ਐਮ ਆਰ ਲਗਾਉਣੇ ਆ ਨਾ, ਐਚ ਡੀ ਐਚ ਐਮ ਆਰ ਦਾ ਮੇਰੇ ਕੋਲ ਇਸ ਵਕਤ ਸਿੰਪਲ ਨਹੀਂ ਹੈਗਾ ਕਿਉਂਕਿ ਮੈਂ ਵੀਡੀਓ ਘਰੇ ਸ਼ੂਟ ਕਰ ਰਿਹਾ, ਅਤੇ ਮੇਰੇ ਫੈਕਟਰੀ ਦੇ ਵਿੱਚ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਕਾਫੀ ਵਾਰੀ ਆ, ਜਿੰਨੀ ਵੀ ਉਹਦੇ 'ਚ ਸਾਰੀ ਅਸੈਸਰੀਜ਼ ਵਗੈਰਾ ਆਈ ਗੋਲਡ ਦੀ ਲੱਗਦੀ ਆ ਜਾਂ ਮਤਲਬ ਉਹਦੇ ਵਿੱਚ ਜਿਹੜਾ ਜਿਹੜਾ ਆਪਣਾ ਲੱਗਦਾ ਵਾ ਬੋਰਡ ਉਹ ਐਚ ਡੀ ਐਚ ਐਮ ਆਰ ਹੁੰਦਾ ਵਾ, ਉੱਪਰ ਸ਼ੀਟ ਆਪਾਂ ਐਕਰੈਲਿਕ ਲਗਾ ਦਿੰਦੇ ਹਾਂ, ਅਸੈਸਰੀ ਹਾਈ ਗੋਲਡ ਦੀ ਆ ਜਾਂਦੀ ਆ, ਅਤੇ ਤੁਸੀਂ ਜਿਹੜਾ ਉਹਦੀ ਗਰੰਟੀ ਵਰੰਟੀ ਆਪਣੀ 10 ਸਾਲ ਦੀ ਗਰੰਟੀ ਹੈਗੀ ਆ, ਮਤਲਬ ਸਿਉਂਕ ਨਹੀਂ ਲੱਗੂਗੀ ਆਪਣੀ ਕਿਚਨ ਨੂੰ। ਰਹੀ ਦੂਜੀ ਗੱਲ ਜੇ ਤੁਸੀਂ ਆਰਡਰ ਕਿੱਦਾਂ ਕਰਨਾ ਹੈ ਨਾ, ਮਤਲਬ ਆਰਡਰ ਕਰਨ ਲਈ ਤੁਸੀਂ ਮੇਨ ਕੀ ਹੁੰਦਾ ਕਿ ਆਪਣਾ ਇੱਕ ਵਟਸਐਪ ਨੰਬਰ ਹੈਗਾ ਵਾ 9460410108, ਜਦੋਂ ਵੀ ਤੁਸੀਂ ਮਤਲਬ ਆਰਡਰ ਕਰਨਾ ਕਿਚਨ ਦਾ ਤੁਸੀਂ ਕੀ ਕਰਨਾ ਵਾ, ਇੱਕ ਆਪਣੀ ਕਿਚਨ ਦੀ ਵੀਡੀਓ, ਇੱਕ ਕਿਚਨ ਦਾ ਸਾਈਜ਼, ਦੋਨੋਂ ਚੀਜ਼ਾਂ ਮਤਲਬ ਕਰਕੇ ਤੁਸੀਂ ਵਟਸਐਪ ਭੇਜ ਦੇਣੀ ਹੈ ਸਾਈਜ਼ ਅਤੇ ਵੀਡੀਓ, ਫਿਰ ਤੁਹਾਨੂੰ ਇੱਕ ਰੇਟ ਦਿੱਤਾ ਜਾਊਗਾ, ਜੇ ਤੁਹਾਨੂੰ ਰੇਟ ਉਹ ਠੀਕ ਲੱਗੂਗਾ ਫਿਰ ਆਪਾਂ ਆ ਕੇ ਵਿਜ਼ਿਟ ਕਰ ਲਵਾਂਗੇ, ਅਤੇ ਵਿਜ਼ਿਟ ਕਰਕੇ ਤੁਹਾਡੇ ਤੋਂ ਮਤਲਬ
ਉੱਥੋਂ ਸੈਜ ਵਗੈਰਾ ਲੈ ਕੇ ਜਦੋਂ ਆਪਣਾ ਫਾਈਨਲ ਹੋਣ ਤੋਂ ਮਗਰੋਂ ਤੇ ਉਹ ਕਿਚਨ ਲੱਗ ਜਾਂਦੀ ਆ। ਫਿਰ ਰਹਿ ਟੀਮ ਜਿਹੜਾ ਟਾਈਮ ਪੀਰੀਅਡ ਕਿੰਨਾ ਵਾ, ਮਤਲਬ ਕੰਮ ਕਰਨ ਦਾ ਪ੍ਰੋਸੈਸ ਕੀ ਆ। ਜਦੋਂ ਆਪਣੀ ਪੇਮੈਂਟ ਜਾਂ ਮਤਲਬ ਫਾਈਨਲ ਹੋਣ ਤੋਂ ਮਗਰੋਂ, ਡਿਜ਼ਾਇਨ ਫਾਈਨਲ ਹੋਣ ਤੋਂ ਮਗਰੋਂ ਅਸੀਂ 25 ਪਹਿਲਾਂ ਆਪਣੇ 15 ਤੋਂ 20 ਦਿਨ ਸੀ, ਬਟ ਦੀਵਾਲੀ ਕਰਕੇ ਥੋੜ੍ਹਾ ਜਿਹਾ ਆਰਡਰ ਐਡਵਾਂਸ ਦੇ ਵਿੱਚ ਕਰਕੇ ਆਪਣੇ ਮਤਲਬ ਹੁਣ 25 ਤੋਂ 30 ਦਿਨ ਦਾ ਰੱਖਿਆ ਕਨਸੈਪਟ। ਆਉਣ ਵਾਲੇ ਸਮੇਂ 'ਚ ਘੱਟ ਵੱਧ ਸਕਦਾ ਕਿਉਂਕਿ ਉਹ ਡਿਪੈਂਡ ਕਰੂਗਾ ਕੰਮ ਦੇ ਅਕੋਰਡਿੰਗ। ਅਤੇ ਬਾਕੀ ਰਹੀ ਕੰਮ ਦੀ ਕੁਆਲਿਟੀ, ਤੁਸੀਂ ਆਲਰੇਡੀ ਦੇਖ ਹੀ ਚੁੱਕੇ ਆਪਣੀ ਵੀਡੀਓ ਕਿੱਦਾਂ ਦੀਆਂ, ਮਤਲਬ ਤੁਸੀਂ ਤੁਹਾਨੂੰ ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਜਿਨ੍ਹਾਂ ਨੇ ਕੰਮ ਕਰਵਾਇਆ ਉਹਨਾਂ ਨੂੰ ਵੀ ਪਤਾ ਵਾ, ਅਤੇ ਜਿਨ੍ਹਾਂ ਨੇ ਵੀਡੀਓ ਦੇਖੀ ਹੈ ਜਾਂ ਮਤਲਬ ਦੇਖਦੇ ਆ ਕੰਮ, ਉਹਨਾਂ ਨੂੰ ਪਤਾ ਹੈ ਵੀ ਕੰਮ ਆਪਣਾ ਕਿੱਦਾਂ ਦਾ, ਉਹਦੇ 'ਚ ਮੈਨੂੰ ਬਾਹਲਾ ਦੱਸਣ ਦੀ ਲੋੜ ਨਹੀਂ। ਬਾਕੀ ਫਿਰ ਵੀ ਜੇ ਕਿਸੇ ਦਾ ਕੋਈ ਕੁਐਸਚਨ ਆ, ਤੁਸੀਂ ਕਮੈਂਟ ਕਰ ਲਿਆ ਕਰੋ, ਥੱਲੇ ਕਮੈਂਟ ਕਰਕੇ ਪੁੱਛ ਸਕਦੇ ਆ। ਜੇ ਮੰਨ ਲਓ ਤੁਹਾਨੂੰ ਕੋਈ ਚੀਜ਼ ਦੀ ਇਨਫੋਰਮੇਸ਼ਨ ਚਾਹੀਦੀ ਤਾਂ ਆਪਾਂ ਕੋਸ਼ਿਸ਼ ਕਰਾਂਗੇ ਤੁਹਾਡੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੀਆਂ ਵੀ ਹਰੇਕ ਇਕੱਲੇ ਇਕੱਲੇ ਟੋਪਿਕ ਦੇ ਉੱਪਰ ਕਲੀਅਰ ਕਰਕੇ ਵੀ ਆਹ ਇੱਦਾਂ ਵਾ, ਮਤਲਬ ਸਾਰਾ ਕੁਝ ਤੁਹਾਨੂੰ ਦੱਸ ਕੇ ਤੁਹਾਡਾ ਪ੍ਰੋਪਰ ਤਰੀਕੇ ਦੇ ਨਾਲ ਤੁਸੀਂ ਕੰਮ ਕਰਵਾ ਸਕੋ। ਜਿਨ੍ਹਾਂ ਨੇ ਸਾਡੇ ਤੋਂ ਕਰਵਾਉਣਾ ਸਾਡੇ ਤੋਂ ਵੀ ਕਰਵਾ ਸਕਣ, ਅਤੇ ਜਿਨ੍ਹਾਂ ਨੇ ਹੋਰ ਕਿਸੇ ਤੋਂ ਕਰਵਾਉਣਾ ਉਹ ਮਤਲਬ ਘਰ ਦੇ ਵਿੱਚ ਕਾਰਪੈਂਟਰ ਵੀ ਉਹ ਵੀ ਕਰਵਾ ਸਕਣ, ਕੋਈ ਈਜ਼ੀ ਗੱਲ ਨਹੀਂ। ਬਾਕੀ ਜਿਹੜੀ ਸਰਵਿਸ ਹੈ ਇਸ ਵਕਤ ਆਪਣੀ ਪੰਜਾਬ ਮੋਸਟਲੀ ਅਸੀਂ ਕਲੀਅਰ ਕਰ ਰਹੇ, ਹਰਿਆਣਾ ਵੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੇ। ਆਉਣ ਵਾਲੇ ਸਮੇਂ ਦੇ ਵਿੱਚ ਦੇਖਦੇ ਹਾਂ ਕਿ ਤੁਸੀਂ ਹੋ ਸਕੇ, ਮਤਲਬ ਪੰਜਾਬ ਦੇ ਵਿੱਚ ਤਾਂ ਹਰ ਜਗ੍ਹਾ ਆਪਣੀ ਕਿਚਨ ਜਾ ਰਹੀ ਆਲਰੇਡੀ, ਅਤੇ ਇਸ ਵਕਤ ਆਪਾਂ 15 ਤੋਂ 20 ਕਿਚਨਾਂ ਮੰਥਲੀ ਬਣਾ ਰਹੇ ਹਾਂ, ਅਤੇ ਜਿਹੜੇ ਆਰਡਰ ਵੀ ਐਡਵਾਂਸ ਦੇ ਵਿੱਚ ਕਾਫੀ ਆ। ਫਿਰ ਉਹ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਆਰਡਰ ਆਉਂਦੇ ਜਾਂ ਕਿੱਦਾਂ ਦੇ ਕੰਮ ਚਾਹੁੰਦੇ, ਜੋ ਲੇਟੈਸਟ ਆਊਗਾ ਫਿਰ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ। ਬਾਕੀ ਵਾਰ ਵਾਰ ਇੱਕੋ ਹੀ ਬੇਨਤੀ ਹੈ, ਜਿਨ੍ਹਾਂ ਨੇ ਕੋਈ ਰੇਟ ਪੁੱਛਣਾ ਜਵਾਨ, ਤੁਸੀਂ ਉਹ ਕਿਚਨ ਦੀ ਵੀਡੀਓ ਕਿਚਨ ਦਾ ਸਾਈਜ਼ ਵਟਸਐਪ ਕਰਕੇ ਮੇਰੇ ਨੰਬਰ 'ਤੇ ਭੇਜ ਦਿਆ ਕਰੋ, ਜਿਹੜਾ ਤੁਹਾਡੇ ਸਕਰੀਨ ਦੇ ਉੱਪਰ ਸ਼ੋ ਹੋ ਰਿਹਾ ਜਾਂ ਥੱਲੇ ਦਿੱਤਾ ਹੋਇਆ, ਤੁਸੀਂ ਉਸ ਨੰਬਰ 'ਤੇ ਭੇਜੋ, ਅਤੇ ਤੁਹਾਨੂੰ ਫਿਰ ਇਹ ਵਿਦਨ 24 ਘੰਟੇ ਦੇ ਅੰਦਰ ਅੰਦਰ ਮਤਲਬ ਤੁਹਾਨੂੰ ਆਨਸਰ ਦਿੱਤਾ ਜਾਊਗਾ। ਕੋਸ਼ਿਸ਼ ਹੋਊਗੀ ਵੀ ਸਾਡਾ ਜਲਦੀ ਤੋਂ ਜਲਦੀ ਆਨਸਰ ਦੇਣ ਦੀ। ਅਤੇ ਬਾਕੀ ਰਹੀ ਗੱਲ, ਵੀਡੀਓ ਜ਼ਰੂਰ ਸ਼ੇਅਰ ਕਰ ਦਿਉ, ਅਤੇ ਆਪਣੀ ਕਿਚਨ ਜਿਹਨੇ ਵੀ ਬਣਾਉਣੀ ਹੈ ਤਾਂ ਤੁਸੀਂ ਇੱਕ ਵਾਰੀ ਜ਼ਰੂਰ ਮੈਸੇਜ ਕਰਕੇ ਆਪਣੀ ਕਿਚਨ ਦੀ ਵੀਡੀਓ ਭੇਜ ਕੇ ਮਤਲਬ ਇੱਕ ਤੁਸੀਂ ਰਫਲੀ ਆਈਡੀਆ ਲੈ ਸਕਦੇ ਕਿ ਕਿੰਨੇ ਪੈਸੇ ਲੱਗਣਗੇ। ਬਾਕੀ ਚਲੋ ਫਿਰ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ, ਅਤੇ ਵੀਡੀਓ ਨਾ ਸ਼ੇਅਰ ਜ਼ਰੂਰ ਕਰਦੇ ਕਰੋ, ਸ਼ੇਅਰ ਲਾਈਕ ਕਰੋ, ਜਿੰਨਾ ਤੁਸੀਂ ਸ਼ੇਅਰ ਲਾਈਕ ਕਰੋਗੇ ਫਿਰ ਉੰਨਾ ਹੀ ਆਪਣਾ ਮਤਲਬ ਉਤਸ਼ਾਹ ਵੱਧਦਾ ਅਤੇ ਤੁਹਾਡੇ ਲਈ ਨਵੀਂ ਵੀਡੀਓ ਲੈ ਕੇ ਆਈਏ। ਅਤੇ ਧੰਨਵਾਦ ਜੀ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ।